ਜਿਹੜੀ ਮੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ ਬਠਿੰਡਾ ਦੇ ਵਿੱਚ, ਬਠਿੰਡਾ ਮਨ ਦਾ ਅਸਰ ਪਾਉਂਦਾ ਹੈ। ਸੂਰਤ ਹਾਲ ਤਾਜ਼ਾ ਸੂਰਤ ਹਾਲ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਬਠਿੰਡਾ ਦੇ ਵਿੱਚ ਭਾਰਤ ਬੰਦ ਦੇ ਸੰਦਰਭ ਦੇ ਵਿੱਚ ਜਿਹੜੇ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ। ਸਦਭਾਵਨਾ ਚੌਂਕ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਭਾਰਤ ਬੰਦ ਦੀਆਂ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ ਸਦਭਾਵਨਾ ਚੌਂਕ ਵਿੱਚ ਰਵਿਦਾਸ ਭਾਈਚਾਰੇ ਵੱਲੋਂ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਕੀਤਾ ਗਿਆ। ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਲੋਕ ਕਾਲੇ ਝੰਡੇ ਲੈ ਕੇ ਬੈਨਰ ਲੈ ਕੇ ਜਿਹੜਾ ਉਹ ਆਪਣਾ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ। ਦਿੱਲੀ ਦੇ ਵਿੱਚ ਰਵਿਦਾਸ ਮੰਦਰ ਨੂੰ ਤੋੜੇ ਜਾਣ ਦੇ ਖਿਲਾਫ ਪ੍ਰਦਰਸ਼ਨ ਜਿਹੜਾ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ, ਉਸ ਪ੍ਰਦਰਸ਼ਨ ਦੀ ਲੜੀ ਦੇ ਵਿੱਚ ਬਠਿੰਡਾ ਦੇ ਪ੍ਰਦਰਸ਼ਨ ਜਿਹੜੇ ਨੇ ਉਹ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਇਸ ਵੇਲੇ ਡੇਲੀ ਪੋਸਟ ਪੰਜਾਬੀ ਦੇ ਉੱਤੇ। ਔਰ ਦੱਸ ਦਈਏ ਕਿ ਇਹ ਪ੍ਰਦਰਸ਼ਨ ਜਿਹੜਾ ਉਹ ਸਦਭਾਵਨਾ ਚੌਂਕ ਤੋਂ ਸ਼ੁਰੂ ਹੋਇਆ, ਬਾਅਦ ਦੇ ਵਿੱਚ ਮਾਰਚ ਦੇ ਰੂਪ ਦੇ ਵਿੱਚ ਇੱਥੋਂ ਚੱਲੇਗਾ, ਜੋ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਚੌਂਕ ਦੇ ਵਿੱਚ ਜਾ ਕੇ ਜਾਮ ਲਗਾਉਣ ਦਾ ਇਹਨਾਂ ਦਾ ਪ੍ਰੋਗਰਾਮ ਹੈ। ਉਸ ਤੋਂ ਬਾਅਦ ਜਿਹੜਾ ਉਹ ਅਗਲਾ ਪ੍ਰੋਗਰਾਮ ਇਹਨਾਂ ਵੱਲੋਂ ਉਲੀਕਿਆ ਜਾਵੇਗਾ। ਅਤੇ ਇਹ ਤੁਸੀਂ ਵੇਖ ਸਕਦੇ ਹੋ ਪਿੱਛੇ ਬਾਜ਼ਾਰਾਂ ਦਾ ਹਾਲ ਜਿਹੜਾ ਪੂਰੀ ਤਰ੍ਹਾਂ ਬੰਦ ਨੇ। ਸਾਹਮਣੇ ਪੋਸਟ ਆਫਿਸ ਬਾਜ਼ਾਰ ਜਿਹੜਾ ਬਠਿੰਡਾ ਦਾ ਹੋਸਪਿਟਲ ਬਾਜ਼ਾਰ ਇਹ ਬੰਦ ਹੈ, ਔਰ ਸਾਈਡ 'ਤੇ ਪੋਸਟ ਆਫਿਸ ਬਾਜ਼ਾਰ ਪੂਰੀ ਤਰ੍ਹਾਂ ਬੰਦ ਹੈ। ਔਰ ਇੱਧਰ ਮੇਰੇ ਪਿੱਛੇ ਜਿਹੜਾ ਇਹ ਸਦਰ ਬਾਜ਼ਾਰ ਅਤੇ ਸਿੱਧੀ ਬਾਜ਼ਾਰ ਹੈ, ਜੋ ਥੋਕ ਦੀ ਜਿਹੜੀ ਆ ਉਹ ਮਾਲਵੇ ਦੀ ਵੱਡੀ ਮਾਰਕੀਟ ਹੈ, ਪੂਰੀ ਤਰ੍ਹਾਂ ਬੰਦ ਹੈ। ਔਰ ਇਹ ਬੰਦ ਦੇ ਅਸਰ ਦੀਆਂ ਤਸਵੀਰਾਂ ਨੇ ਬਠਿੰਡਾ ਦੇ ਵਿੱਚ। ਪੂਰੀ ਤਰ੍ਹਾਂ ਬਾਜ਼ਾਰ ਜਿਹੜੇ ਨੇ ਉਹ ਬੰਦ ਨੇ, ਕਾਰੋਬਾਰ ਪੂਰੀ ਤਰ੍ਹਾਂ ਬੰਦ ਨੇ, ਔਰ ਪ੍ਰਦਰਸ਼ਨ ਜਿਹੜੇ ਨੇ ਉਹ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਨੇ। ਸਾਡੇ ਨਾਲ ਇਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਆਗੂ ਜਿਹੜੇ ਨੇ ਉਹ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਤੁਹਾਡਾ ਇਹ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ? ਇਹ ਜਿਹੜਾ ਸਾਡਾ ਪ੍ਰਦਰਸ਼ਨ ਹੈ, ਸ਼੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਵੱਲੋਂ ਐਲਾਨਿਆ ਗਿਆ ਹੈ, ਜਿਹਦੇ ਵਿੱਚ ਸਾਰੇ ਸਾਡੇ ਸਮਾਜ ਦੇ ਅਤੇ ਬਾਲਵੀ ਸਮਾਜ ਦੇ ਬੰਦੇ ਨਾਲ ਨੇ। ਇਹ ਜਿਹੜਾ ਪ੍ਰਦਰਸ਼ਨ ਹੈ ਦਿੱਲੀ ਵਿਖੇ ਮੰਦਰ ਨੂੰ ਤੋੜੇ ਜਾਣ ਦੇ ਵਿਰੋਧ ਵਿੱਚ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਜਦਕਿ ਉਸ ਮੰਦਰ ਦੀ ਇੰਤਕਾਲ ਦੇ ਵਿੱਚ ਸਾਡਾ ਮਾਲਕਾਨਾ ਹੱਕ ਖੋਲਦਾ ਸੀਗਾ। ਪਰ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੇ ਇੱਕ ਸਾਜ਼ਿਸ਼ ਦੇ ਤਹਿਤ ਤੋੜ ਦਾ ਸਹਾਰਾ ਲੈ ਕੇ ਇਸ ਮੰਦਰ ਨੂੰ ਤੋੜਿਆ, ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਜਦ ਤੱਕ ਮੰਦਰ ਦਾ ਪੂਰਾ ਨਿਵਾਰਨ ਨਹੀਂ ਹੋ ਜਾਂਦਾ, ਅਸੀਂ ਆਪਦਾ ਸੰਘਰਸ਼ ਜਾਰੀ ਰੱਖਾਂਗੇ। ਤੁਹਾਨੂੰ ਕੀ ਲੱਗਦਾ, ਕੀ ਹੱਲ ਹੋਣਾ ਚਾਹੀਦਾ? ਹਾਲੇ ਸਰਕਾਰ ਆਪਣੇ ਤੌਰ 'ਤੇ ਕੁਛ ਨਹੀਂ ਕਰ ਸਕੇਗੀ, ਸੁਪਰੀਮ ਕੋਰਟ ਦਾ ਫੈਸਲਾ ਆਫਟਰ ਆਲ ਕੋਰਟ ਇਜ਼ ਕੋਰਟ। ਕਿਵੇਂ ਤੁਸੀਂ ਸੋਚਦੇ ਹੋ, ਕਿਸ ਤਰ੍ਹਾਂ ਹੱਲ ਹੋ ਸਕਦਾ? ਦੇਖੋ, ਸੁਪਰੀਮ ਕੋਰਟ ਦੇ ਕਈ ਫੈਸਲੇ ਸਰਕਾਰ ਨੇ ਅਧਿਆਦੇਸ਼ ਲਾ ਕੇ ਖਤਮ ਕਰਕੇ ਉਹਨੂੰ ਹੱਲ ਕੀਤੇ ਹੈ। ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈ, ਅਧਿਆਦੇਸ਼ ਲਾ ਕੇ ਇਸ ਨੂੰ ਹੱਲ ਕਰ ਸਕਦੇ ਨੇ। ਜਾਂ ਦਿੱਲੀ ਸਰਕਾਰ ਉੱਥੋਂ ਡੀਪੀ ਉੱਥੋਂ ਸਰਕਾਰੀ ਜ਼ਮੀਨ ਸਾਨੂੰ ਲਾਟ ਜਿਹੜੀ ਉਹਦੇ 'ਚ ਦੇ ਕੇ ਇਹ ਕੰਮ ਸੁਲਝਾ ਕਰ ਸਕਦੀ ਹੈ। ਜਿਹੜੇ ਤੁਹਾਡੇ ਪ੍ਰਦਰਸ਼ਨ ਨੇ ਦੇਸ਼ ਭਰ ਦੇ ਵਿੱਚ ਕੀਤੇ ਜਾ ਰਹੇ ਨੇ, ਕਿੰਨਾ ਅਸਰ ਜਿਹੜਾ ਇਹਨਾਂ ਦਾ ਰਹਿਣ ਵਾਲਾ ਤੁਹਾਨੂੰ ਕਿੰਨਾ ਅਸਰ? ਇਹ ਅਸਰ ਬਹੁਤ ਹੈ, ਅਸੀਂ ਸੈਂਟਰਲ ਸਰਕਾਰ ਤਾਂ ਖੇਲੀ ਹੈ, ਪੰਜਾਬ ਸਰਕਾਰ 'ਚ ਕੈਪਟਨ ਸਾਹਿਬ ਨੇ ਖੁਦ ਇਸ ਨੂੰ ਸੀਰੀਅਸ ਮੈਟਰ ਲੈ ਕੇ ਮੋਦੀ ਜੀ ਨੂੰ ਮਿਲਣ ਦਾ ਉਹਨਾਂ ਨੇ ਆਪਦਾ ਅਨਾਊਂਸ ਕੀਤਾ ਹੈ। ਸਿਆਸੀ ਪਾਰਟੀਆਂ ਦਾ ਜਿਹੜਾ ਸਮਰਥਨ ਵੀ ਮਿਲ ਰਿਹਾ, ਕਾਂਗਰਸ ਤੁਹਾਡੇ ਨਾਲ ਹੈ, ਅਕਾਲੀ ਦਲ ਵੱਲੋਂ ਜਿਹੜਾ ਉਹ ਕਿਹਾ ਗਿਆ ਵੀ ਅਸੀਂ ਖਰਚਾ ਵੀ ਉਠਾਵਾਂਗੇ, ਮੰਦਰ ਦਾ ਵੀ ਖਰਚਾ ਉਠਾਵਾਂਗੇ, ਇਹਨੂੰ ਤੁਸੀਂ ਕਿਵੇਂ ਲੈਂਦੇ ਹੋ ਸਿਆਸੀ ਪਾਰਟੀਆਂ? ਦੇਖੋ, ਇਹ ਸਾਰੇ ਜਗ੍ਹਾ ਅਮਲੀ ਜਾਮਾਂ ਨਹੀਂ ਬਣਾਇਆ ਜਾਂਦਾ, ਉਹਦੇ ਤੱਕ ਅਸੀਂ ਯਕੀਨ ਨਹੀਂ ਕਰਦੇ। ਜਦ ਸਮੱਸਿਆ ਹੱਲ ਹੋਊਗੀ ਤਦੋਂ ਪਤਾ ਲੱਗੂਗਾ ਕੌਣ ਸਾਡੇ ਨਾਲ ਹੈ। ਅੱਜ ਤੁਹਾਡੇ ਵਿੱਚ ਕਾਂਗਰਸੀ ਵਰਕਰ ਆਏ ਨੇ? ਕਾਂਗਰਸ ਵੀ ਹੈਗੇ, BJP ਦੇ ਵੀ ਹੈਗੇ ਆ, ਅਕਾਲੀ ਦਲ ਦੇ ਵੀ ਹੈਗੇ ਆ। ਅਸੀਂ ਇਸ ਨੂੰ ਸਮੱਸਿਆ ਵਾਸਤੇ ਜੇ ਕੋਈ ਵੀ ਸਾਡੇ ਨਾਲ ਆਊਗਾ ਅਸੀਂ ਉਹਦਾ ਸਵਾਗਤ ਕਰਾਂਗੇ। ਦੱਸ ਦਈਏ ਕਿ ਪ੍ਰਦਰਸ਼ਨ ਨੂੰ ਜਿਹੜਾ ਉਹ ਸਿਆਸੀ ਸਮਰਥਨ ਜਿਹੜਾ ਉਹ ਖਾਸ ਤੌਰ 'ਤੇ ਮਿਲ ਰਿਹਾ, ਅਕਾਲੀ ਦਲ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ, ਕਾਂਗਰਸ ਜਿਹੜੇ ਨੇ ਇਸਦਾ ਬੰਦ ਦਾ ਸਮਰਥਨ ਕੀਤਾ ਜਾ ਚੁੱਕਿਆ ਹੈ, ਇਸ ਦੇ ਨਾਲ ਪਹਿਲਾਂ ਹੀ ਇਸਦੇ ਨਾਲ ਮੌਜੂਦ ਹੈ। ਜ਼ਾਹਿਰ ਹੈ ਸਿਆਸੀ ਸਮਰਥਨ ਵੀ ਇਸ ਦੇ ਨਾਲ ਹੈ। ਔਰ ਜਿਸ ਤਰ੍ਹਾਂ ਆਗੂਆਂ ਦਾ ਕਹਿਣਾ, ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਹੈ ਉਹ ਵਿਸ਼ੇਸ਼ ਅਧਿਆਦੇਸ਼ ਲਿਆ ਕੇ ਇਸ ਮਸਲੇ ਨੂੰ ਹੱਲ ਕਰ ਸਕਦੀ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਣਾ ਇੰਨਾ ਆਸਾਨ ਨਹੀਂ ਹੁੰਦਾ, ਪਰ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜੇ ਚਾਹੇ, ਸਰਕਾਰਾਂ ਜੇ ਚਾਹੁਣ ਤਾਂ ਉਹ ਵਿਸ਼ੇਸ਼ ਅਧਿਆਦੇਸ਼ ਲਿਆ ਕੇ ਇਸ ਮਸਲੇ ਦਾ ਹੱਲ ਕੱਢ ਸਕਦੀਆਂ ਨੇ। ਵੇਖਣਾ ਹੋਵੇਗਾ ਕਿ ਇਹਨਾਂ ਪ੍ਰਦਰਸ਼ਨਾਂ ਦਾ ਅਸਰ ਸਰਕਾਰਾਂ ਦੇ ਉੱਤੇ ਕਿੰਨਾ ਹੁੰਦਾ ਹੈ, ਕਿਸ ਤਰ੍ਹਾਂ ਦਾ ਹੱਲ ਜਿਹੜਾ ਉਹ ਸਰਕਾਰਾਂ ਇਸ ਮਸਲੇ ਦਾ ਕੱਢਦੀਆਂ ਨੇ। ਕੈਮਰਾਮੈਨ ਪ੍ਰਦੀਪ ਰਾਜੂ ਦੇ ਨਾਲ ਧਰਮ ਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ।